ਅਕਾਲੀਆਂ ਅਤੇ ਕਾਂਗਰਸ ਦੇ ਵਿੱਚ ਕਾਫੀ ਤੂੰ ਤੂੰ ਮੈਂ ਚੱਲ ਰਹੀ ਹੈ। ਸਾਡੇ ਨਾਲ ਹਾਜ਼ਰ ਨੇ ਪਰਮਿੰਦਰ ਸਿੰਘ ਢੀਂਡਸਾ ਜੀ, ਆਹ ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਢੀਂਡਸਾ ਸਾਹਿਬ, ਅੱਜ ਮੋਰਨਿੰਗ ਇੱਕ ਕਾਂਗਰਸੀ ਵਿਧਾਇਕ ਨੇ ਫੋਟੋਆਂ ਦਿਖਾਈਆਂ ਜਿਹਦੇ ਵਿੱਚ ਮਜੀਠੀਆ ਜੀ ਬਾਦਲ ਪਰਿਵਾਰ ਉੱਥੇ ਪਾਕਿਸਤਾਨ ਦੇ ਵਿੱਚ ਖੜ੍ਹੇ ਨੇ, ਜਿੱਥੇ ਸਾਰਾ ਅਕਾਲੀ ਦਲ ਇਲਜ਼ਾਮ ਲਾਉਂਦਾ ਕਿ ਨਵਜੋਤ ਸਿੰਘ ਸਿੱਧੂ ਪਾਕਿਸਤਾਨ ਗਿਆ ਸੀ ਜਾਂ ਉਹਦਾ ਕੋਈ ਸੰਧੀ ਹੈ, ਪਰ ਉੱਥੇ ਇਹ ਫੋਟੋਆਂ ਦਾ ਵਾਇਰਲ ਹੋਣ ਦੇ ਬਾਰੇ ਤੁਸੀਂ ਕੀ ਕਹੋਗੇ? ਦੇਖੋ, ਪਾਕਿਸਤਾਨ ਜਾਣਾ ਤਕਰੀਬਨ ਸਾਰੇ ਲੀਡਰ ਜਾਂਦੇ, ਆਮ ਲੋਕ ਵੀ ਜਾਂਦੇ ਆ, ਕੋਈ ਦਰਸ਼ਨ ਕਰਨ ਜਾਂਦਾ ਹੈ, ਅਤੇ ਪਾਕਿਸਤਾਨ ਜਾਣਾ ਗਲਤ ਨਹੀਂ, ਪਰ ਪਾਕਿਸਤਾਨ ਦਾ ਸਰਕਾਰ ਦਾ ਸਮਰਥਨ ਕਰਨਾ ਗਲਤ ਹੈ। ਇਹੋ ਜਿਹੇ ਹਾਲਾਤਾਂ ਦੇ ਵਿੱਚ ਜਦ ਸਾਰਾ ਦੇਸ਼ ਅਫਸੋਸ 'ਤੇ ਕਰ ਰਿਹਾ ਹੈ ਉਸ ਘਟਨਾ 'ਤੇ, ਉਹਨਾਂ ਦਾ ਜਿਹੜਾ ਬਿਆਨ ਹੈ ਉਹ ਸਮੇਂ ਮੁਤਾਬਕ ਸਹੀ ਨਹੀਂ ਹੈ। ਕਿਉਂ? ਇੱਕ ਪਾਸੇ ਉਹ ਕਹਿ ਰਹੇ ਨੇ ਵੀ ਜੀ ਕੁਛ ਇੱਕਾ ਦੁੱਕਾ ਲੋਕਾਂ ਦੀਆਂ ਕਾਰਵਾਈਆਂ ਕਰਕੇ ਸਾਰੇ ਦੇਸ਼ ਨੂੰ ਜ਼ਿੰਮੇਵਾਰ ਨਹੀਂ ਠਹਿਰਾਇਆ ਜਾ ਸਕਦਾ। ਉਹ ਜਿਹੜੇ ਇੱਕਾ ਦੁੱਕਾ ਲੋਕ ਨੇ ਉਹ ਕਿਹਦੀ ਸ਼ਹਿਦ ਨੇ? ਉਹਨਾਂ ਨੂੰ ਸਮਰਥਨ ਕੌਣ ਦੇ ਰਿਹਾ? ਕੀ ਪੰਜਾਬ ਆਪਣੇ ਪਾਕਿਸਤਾਨ ਦੀ ਸਰਕਾਰ ਅਤੇ ISI ਤੋਂ ਬਿਨਾਂ ਉਹ ਉੱਥੇ ਰਹਿ ਵੀ ਸਕਦੇ ਨੇ? ਉਹਨਾਂ ਨੂੰ ਜੋ ਆਰਥਿਕ ਮਦਦ ਮਿਲ ਰਹੀ ਹੈ ਉਹ ਕਿਹਦੇ ਵੱਲੋਂ ਮਿਲ ਰਹੀ ਹੈ? ਸੋ ਇਹ ਸਾਰੀਆਂ ਗੱਲਾਂ ਪੂਰੀ ਦੁਨੀਆ ਜਾਣਦੀ ਹੈ। ਜੇ ਉੱਥੋਂ ਦੀ ਦੇਸ਼ ਦੀ ਸਰਕਾਰ ਅਤੇ ਉੱਥੋਂ ਦੀ ISI ਅਤੇ ਮਿਲਟਰੀ ਉਹ ਨਾਲ ਜੁੜੀ ਹੋਈ ਹੈ, ਉਸ ਤੁਸੀਂ ਦੇਸ਼ ਨੂੰ ਕਿਵੇਂ ਤੁਸੀਂ ਕਹਿ ਸਕਦੇ ਹੋ ਵੀ ਉਹਨਾਂ ਦਾ ਰੋਲ ਨਹੀਂ ਹੈ? ਸੋ ਇਸ ਪੂਰਾ ਦੇਸ਼ ਦੀਆਂ ਸਾਰੀ ਸਿਆਸੀ ਪਾਰਟੀਆਂ ਨੇ ਇਕੱਠੇ ਹੋ ਕੇ ਜਿਹੜਾ ਸਮਰਥਨ ਕੀਤਾ ਸਰਕਾਰ ਦਾ ਵੀ ਇੰਟਰਨੈਸ਼ਨਲ ਪ੍ਰੈਸ਼ਰ ਬਣਾਓ ਪਾਕਿਸਤਾਨ ਦੇ ਉੱਤੇ, ਦੇਸ਼ਾਂ ਬਾਕੀ ਦੇਸ਼ਾਂ ਨਾਲ ਗੱਲ ਕਰੋ। ਅਤੇ ਇੱਕੋ ਹੀ ਦੇਸ਼ ਦੇ ਵਿੱਚ ਮੰਤਰੀ ਨਵਜੋਤ ਸਿੰਘ ਸਿੱਧੂ ਜੀ ਦਾ ਇਹ ਕਹਿਣਾ ਵੀ ਜਿਹੜਾ ਇਹ ਸਰਕਾਰ ਦਾ ਵੀ ਕੁਛ ਇੱਕੋ ਦੁੱਕਾ ਲੋਕਾਂ ਦੀ ਜਿੰਮ ਕਰਕੇ ਨਹੀਂ ਹੋਣਾ ਚਾਹੀਦਾ, ਉਹਦਾ ਮਤਲਬ ਇਹ ਵੀ ਉੱਥੋਂ ਦੀ ਸਰਕਾਰ ਨੂੰ ਅਤੇ ISI ਨੂੰ ਉਹਨਾਂ ਨੇ ਕਲੀਨ ਚਿੱਟ ਦਿੱਤੀ ਵੀ ਇੱਕਾ ਦੁੱਕਾ ਲੋਕਾਂ ਦੀ ਕਾਰਵਾਈ ਹੈ, ਨਹੀਂ ਇੱਕੋ ਦੁੱਕਾ ਲੋਕਾਂ ਦੀ ਕਾਰਵਾਈ ਹੈ, ਇਹ ਸਰਕਾਰ ਦਾ ਕੋਈ ਰੋਲ ਨਹੀਂ। ਅਤੇ ਫਿਰ ਉਹਦਾ ਕੀ ਅਸਰ ਪਏਗਾ? ਇੱਕ ਵਿਅਕਤੀ ਦਾ, ਆਮ ਬੰਦੇ ਦਾ ਬਿਆਨ ਦੇਣ ਦਾ ਹੋਰ ਮਾਇਨੇ ਹੁੰਦੇ ਆ, ਕੌਂਸਟੀਟਿਊਸ਼ਨਲ ਪੋਸਟ 'ਤੇ ਬੈਠਾ ਜਿਹੜਾ ਵਿਅਕਤੀ ਹੈ ਉਹਦੇ ਬਿਆਨ ਦੀ ਇੱਕ ਅਹਿਮੀਅਤ ਹੋਰ ਹੁੰਦੀ ਹੈ। ਉਹਦਾ ਇੱਕ ਮੈਸੇਜ ਅੱਜ ਸਾਰੀ ਦੁਨੀਆ 'ਚ ਕੀ ਹੈ ਵੀ ਜੀ ਦੇਖੋ ਉਹਨਾਂ ਦਾ ਆਪਦਾ ਮੰਤਰੀ ਕਹਿ ਰਿਹਾ ਵੀ ਪਾਕਿਸਤਾਨ ਦੀ ਸਰਕਾਰ ਦਾ ਕੋਈ ਰੋਲ ਨਹੀਂ। ਉੱਥੋਂ ਦੀਆਂ ਸਾਰੀਆਂ ਟੈਲੀਵਿਜ਼ਨ ਰੇਡੀਓ ਪਾਕਿਸਤਾਨ ਦੇ ਨਵਜੋਤ ਸਿੱਧੂ ਦੇ ਬਿਆਨ ਨੂੰ ਫਲੈਸ਼ ਕਰ ਰਹੇ ਨੇ। ਕਿਉਂ ਫਲੈਸ਼ ਕਰ ਰਹੇ ਨੇ? ਕਿਉਂਕਿ ਉਹ ਆਪਦੀ ਗੱਲ ਨੂੰ ਦੁਨੀਆ ਵਿੱਚ ਸੱਚੀ ਦੱਸਣ ਵਾਸਤੇ ਨਵਜੋਤ ਸਿੰਘ ਸਿੱਧੂ ਦੇ ਬਿਆਨ ਨੂੰ ਵਰਤ ਰਹੇ ਨੇ। ਸੋ ਇਹ ਇੱਕ ਜਿਹੜੀ ਦੁਖਦਾਈ ਗੱਲ ਹੈ। ਕੋਈ ਬਾਕੀ ਜੋ ਮਰਜ਼ੀ ਕਵੇ, ਉਹਦੀ ਅਸੀਂ ਰੋਜ਼ ਲੜਦੇ ਹਾਂ, ਉਹ ਵੀ ਸਾਨੂੰ ਬੋਲਦੇ ਨੇ, ਅਸੀਂ ਵੀ ਉਹਨਾਂ ਨੂੰ ਕਹਿੰਦੇ ਹਾਂ, ਉਹ ਸੈਪਰੇਟ ਚੀਜ਼ ਹੈ, ਉਹ ਸਾਡੀ ਆਪਸੀ ਮਤਭੇਦ ਆਪਸੀ ਜਿਹੜੀਆਂ ਗੱਲਾਂ ਉਹ ਚੱਲਦੀਆਂ ਰਹਿਣਗੀਆਂ। ਪਰ ਜਿੱਥੇ ਦੇਸ਼ ਦੀ ਸੁਰੱਖਿਆ ਦੀ ਗੱਲ ਹੈ, ਜਿੱਥੇ ਪੂਰੇ ਦੇਸ਼ ਦੀ ਇੱਕਜੁੱਟਤਾ ਦੀ ਗੱਲ ਹੈ, ਉੱਥੇ ਜਿਹੜਾ ਹੈ ਐਸੀ ਇੰਪੋਰਟੈਂਟ ਪੋਸਟ 'ਤੇ ਬੈਠੇ ਵਿਅਕਤੀ ਨੂੰ ਇਹੋ ਜਿਹਾ ਬਿਆਨ ਸ਼ੋਭਾ ਨਹੀਂ ਦਿੰਦਾ। ਵੈਸੇ ਤੁਹਾਨੂੰ ਲੱਗਦਾ ਨਹੀਂ ਵੀ ਸਿੱਧੂ ਦੇ ਇਸ ਬਿਆਨ 'ਤੇ ਸਿਆਸਤ ਅਕਾਲੀ ਦਲ ਨੇ ਕੁਛ ਜ਼ਿਆਦਾ ਹੀ ਕਰਤੀ? ਰਾਜਨਾਥ ਜੀ ਨੇ ਇੱਕ ਵੀ ਗੱਲ ਇਸ ਤੋਂ ਅਲੱਗ ਨਹੀਂ ਕਹੀ ਸੀ, ਉਹਨਾਂ ਨੇ ਵੀ ਕਿਹਾ ਸੀ ਅੱਤਵਾਦ ਦਾ ਕੋਈ ਧਰਮ ਨਹੀਂ ਹੁੰਦਾ, ਕੋਈ ਦੀਨ ਨਹੀਂ ਹੁੰਦਾ, ਕੋਈ ਮਜ੍ਹਬ ਨਹੀਂ ਹੁੰਦਾ। ਰਾਜਨਾਥ ਜੀ ਦੇ ਬਿਆਨ 'ਤੇ ਤੁਹਾਨੂੰ ਕਿਉਂ ਨਹੀਂ ਪ੍ਰੋਬਲਮ? ਅਸੀਂ ਕਹਿ ਰਹੇ ਧਰਮ ਦੇ ਮਜ੍ਹਬ ਨਹੀਂ ਹੁੰਦਾ, ਗੱਲ ਉਹਨਾਂ ਦੀ ਠੀਕ ਹੈ, ਪਰ ਅਸੀਂ ਇਹ ਤਾਂ ਨਹੀਂ ਕਿਹਾ, ਉਹਨਾਂ ਨੇ ਇਹ ਤਾਂ ਨਹੀਂ ਕਿਹਾ ਵੀ ਕੁਛ ਇੱਕਾ ਦੁੱਕਾ ਲੋਕਾਂ ਦੀ ਹੈਗੀ ਹੈ ਵੀ ਤੁਸੀਂ ਦੇਸ਼ ਨੂੰ ਜ਼ਿੰਮੇਵਾਰੀ ਠਹਿਰਾ ਸਕਦੇ। ਦੇਸ਼ ਦੀ ਸਰਕਾਰ ਸਿੱਧੂ ਸਾਹਿਬ ਇਹ ਕਹਿ ਦੇਣ ਵੀ ਉੱਥੋਂ ਦੀ ਦੇਸ਼ ਦੀ ਸਰਕਾਰ ਜ਼ਿੰਮੇਵਾਰ ਹੈ, ISI ਜ਼ਿੰਮੇਵਾਰ ਹੈ, ਇਹ ਤਾਂ ਕਹਿ ਸਕਦੇ ਹਾਂ। ਸਿੱਧੂ ਸਾਹਿਬ ਨੇ ਆਪਣਾ ਬਿਆਨ, ਦੇਖੋ ਜਿਹੜੀ ਸਾਡਾ ਮੀਡੀਆ ਦਾ ਕੰਮ ਇਹ ਹੈ ਕਿ ਅਸੀਂ ਲੋਕਾਂ ਕੋਲ ਉਹ ਚੀਜ਼ ਲੈ ਕੇ ਜਾਣੀ, ਕਿਉਂਕਿ ਲੋਕ ਪੁੱਛਦੇ ਆ ਕਿ ਸਿਆਸਤ ਸਿੱਧੂ ਸਾਹਿਬ ਦੇ ਬਿਆਨ 'ਤੇ ਜ਼ਿਆਦਾ ਹੋ ਗਈ। ਸਿੱਧੂ ਸਾਹਿਬ ਨੇ ਵਿੱਚ ਇਹ ਗੱਲ ਵੀ ਕਹੀ ਹੈ ਵੀ ਉਹਨਾਂ ਪ੍ਰੈਗਨੈਂਟ ਲੇਡੀਜ਼ ਦਾ ਕੀ ਕਸੂਰ ਹੈ, ਉਹਨਾਂ ਬੱਚਿਆਂ ਦਾ ਕੀ ਕਸੂਰ ਹੈ ਪਾਕਿਸਤਾਨ ਵਿੱਚ ਘੁੰਮਦੇ, ਜਿਹਨਾਂ ਦੇ ਅਸੀਂ ਸਾਰਿਆਂ ਦੇ ਉੱਤੇ ਇਲਜ਼ਾਮ ਲਾ ਦਈਏ ਪਾਕਿਸਤਾਨ ਤਕਰੀਬਨ ਸਾਰਾ ਜ਼ਿੰਮੇਵਾਰ। ਪਾਕਿਸਤਾਨ ਦੇ ਆਮ ਲੋਕਾਂ 'ਤੇ ਇਲਜ਼ਾਮ ਨਹੀਂ ਹੈ, ਇਲਜ਼ਾਮ ਸਰਕਾਰਾਂ ਦੇ ਵਿੱਚ ਹੁੰਦੇ ਆ, ਗੱਲ ਸਮਝੋ।
ਆਮ ਲੋਕ ਨਹੀਂ ਭਾਵੇਂ ਉਹਨਾਂ ਨੂੰ ਨਹੀਂ ਸਪੋਰਟ ਕਰ ਰਹੇ, ਅਸੀਂ ਨਹੀਂ ਕਹਿੰਦੇ ਵੀ ਆਮ ਸਪੋਰਟ ਕਰ ਰਹੇ, ਅਸੀਂ ਕਹਿੰਦੇ ਹਾਂ ਵੀ ਪਾਕਿਸਤਾਨ ਨੂੰ ਰੀਪ੍ਰਜੈਂਟ ਕੌਣ ਕਰ ਰਿਹਾ ਵਿਸ਼ਵ ਦੇ ਵਿੱਚ, ਦੂਜੇ ਦੇਸ਼ਾਂ ਵਿੱਚ ਪਾਕਿਸਤਾਨ ਦੀ ਸਰਕਾਰ ਰੀਪ੍ਰਜੈਂਟ ਕਰ ਰਹੀ ਹੈ ਉਹ? ਇਹ ਮੈਂ ਕਹਿਣ ਵੀ ਠੀਕ ਹੈ, ਆਮ ਸਧਾਰਨ ਪਾਕਿਸਤਾਨ ਦੇ ਲੋਕਾਂ ਦਾ ਮੈਂ ਵੀ ਇਹ ਕਹਿ ਦਿੰਦਾ ਵੀ ਉਹਨਾਂ ਦਾ ਕੋਈ ਕਸੂਰ ਨਹੀਂ ਹੈ, ਪਰ ਸਿੱਧੂ ਸਾਹਿਬ ਇਹ ਕਲੈਰੀਫਾਈ ਤਾਂ ਕਰ ਦੇਣ ਵੀ ਉੱਥੋਂ ਦੀ ਸਰਕਾਰ ਦਾ ਅਤੇ ISI ਦਾ ਹੱਥ ਹੈ, ਇਹ ਉਹਨਾਂ ਤੋਂ ਕਲੈਰੀਫਿਕੇਸ਼ਨ ਲੈ ਲਓ, ਤਾਂ ਇਹ ਵੀ ਦੇਣ ਨੂੰ ਤਿਆਰ ਨਹੀਂ। ਇਹ ਗੱਲ ਜਿਹੜੀਆਂ ਗੱਲਾਂ ਨੇ ਇਸ ਕਰਕੇ ਇਹ ਗੱਲਾਂ ਅਸੀਂ ਕੀਤੀਆਂ ਨੇ, ਕੋਈ ਸਾਡੀ ਕੋਈ ਇਸ ਗੱਲ ਨਾਲ ਸਿੱਧੂ ਸਾਹਿਬ ਨਾਲ ਕੋਈ ਨਿੱਜੀ ਰੰਜਿਸ਼ ਨਹੀਂ ਹੈ। ਜਿਵੇਂ ਤੁਹਾਨੂੰ ਦੱਸਿਆ ਸਿਆਸੀ ਮਤਭੇਦ ਉਹ ਹੱਕ ਲੋਕਤੰਤਰ ਵਿੱਚ ਹੋਣੇ ਵੀ ਚਾਹੀਦੇ ਆ ਅਤੇ ਉਹਨੂੰ ਕਹਿਣ ਦਾ ਵੀ ਤਰੀਕਾ ਹੁੰਦਾ, ਅਸੀਂ ਵਿਧਾਨ ਸਭਾ 'ਚ ਵੀ ਆਪਦੇ ਉਸ ਤਰੀਕੇ ਨਾਲ ਰੱਖਦੇ ਹਾਂ, ਰੱਖਦੇ ਰਹਾਂਗੇ। ਉਹ ਵੀ ਸਾਨੂੰ ਕਹਿੰਦੇ ਨੇ, ਅਸੀਂ ਕਦੇ ਨਹੀਂ ਕਹਿੰਦੇ, ਉਹਨਾਂ ਦਾ ਹੱਕ ਹੈ ਜੋ ਮਰਜ਼ੀ ਕਹਿਣ, ਪਰ ਦੇਸ਼ ਦੇ ਮਾਮਲੇ ਸੰਬੰਧ 'ਚ ਉਹਨਾਂ ਨੂੰ ਥੋੜ੍ਹੀ ਸੰਜੀਦਗੀ ਨਾਲ ਜਿਹੜਾ ਹੈ ਬਿਆਨ ਦੇਣਾ ਚਾਹੀਦਾ। ਬਾਦਲ ਸਾਹਿਬ ਕਹਿੰਦੇ ਨੇ ਕਿ ਮੈਂ DGP ਨੂੰ ਕੱਲ੍ਹ ਚੰਡੀਗੜ੍ਹ ਆ ਕੇ ਫੋਨ ਕਰਤਾ ਕਿ ਮੈਂ ਤਿਆਰ ਹਾਂ ਗ੍ਰਿਫਤਾਰ ਹੋਣ ਦੇ ਲਈ, ਤੁਹਾਨੂੰ ਨਹੀਂ ਲੱਗਦਾ ਵੀ ਉਹ ਖੁਦ ਹੀ ਉਸ ਜਗ੍ਹਾ 'ਤੇ ਆ ਰਹੇ ਨੇ? ਕੀ ਕਹਿਣਾ ਚਾਹੋਗੇ ਇਸ ਪੂਰੇ ਮਾਮਲੇ ਬਾਰੇ? ਨਹੀਂ ਨਹੀਂ ਉਹਨਾਂ ਨੂੰ ਇਹ ਕਿਹਾ ਵੀ ਜਿਸ ਤਰ੍ਹਾਂ ਦੀ ਉਹ ਕਰ ਰਹੇ ਨੇ, ਜਿਸ ਤਰ੍ਹਾਂ ਦਾ ਬਿਆਨ ਜਾਖੜ ਨੇ ਦਿੱਤਾ, ਜਿਸ ਤਰ੍ਹਾਂ ਦਾ ਬਿਆਨ ਕੈਪਟਨ ਅਮਰਿੰਦਰ ਸਿੰਘ ਨੇ ਦਿੱਤਾ, ਉਹ ਇਸ ਗੱਲ ਦੀ ਜਿਹੜੀ ਹੈ ਗੱਲ ਸਾਹਮਣੇ ਆ ਰਹੀ ਹੈ ਵੀ ਉਹਨਾਂ ਦਾ ਨਿਸ਼ਾਨ ਹੈ ਬਾਦਲ ਸਾਹਿਬ ਨੂੰ ਫੜਨਾ। ਸੋ ਉਹਨਾਂ ਨੇ ਕਿਹਾ ਵੀ ਜੇ ਤੁਸੀਂ ਇੱਧਰ ਉੱਧਰ ਦੀਆਂ ਗੱਲਾਂ ਕਿਉਂ ਕਰ ਰਹੇ ਹੋ, ਜੇ ਤੁਸੀਂ ਮੈਨੂੰ ਫੜਨਾ ਹੈ ਤਾਂ ਫੜ ਲਓ, ਮਤਲਬ ਤੁਸੀਂ ਜਿਹੜਾ ਹੈ ਮੈਂ ਹਰ ਤਰ੍ਹਾਂ ਦਾ ਜਿਹੜੀ ਚੀਜ਼ ਹੈ ਉਹਦੇ ਸਾਹਮਣਾ ਕਰਨ ਨੂੰ ਤਿਆਰ ਹੋ। ਪੇਸ਼ ਵੀ ਹੋਏ ਨੇ, ਜਿਹੜੀ ਸਿੱਟ ਬੈਠੀ ਸੀ ਉਹਨਾਂ ਨੇ ਬੁਲਾਇਆ ਬਾਦਲ ਸਾਹਿਬ ਨੂੰ, ਬਾਦਲ ਸਾਹਿਬ ਪੇਸ਼ ਹੋਏ, ਆਪਦਾ ਪੱਖ ਰੱਖ ਕੇ ਆਏ ਨੇ ਅਤੇ ਸਿੱਟ ਦੀ ਰਿਪੋਰਟ ਆ ਲੈਣ ਦਿੰਦੇ। ਉਹ ਤੋਂ ਪਹਿਲਾਂ ਹੀ CM ਦਾ ਬਿਆਨ ਦੇਣਾ, ਜਾਖੜ ਦਾ ਬਿਆਨ ਦੇਣਾ, ਉਸ ਕਿਤੇ ਐਂ ਜਾਪਦਾ ਵੀ ਸਰਕਾਰ ਜਿਹੜੀ ਹੈ ਇਲੈਕਸ਼ਨਾਂ ਨੂੰ ਮੁੱਖ ਰੱਖ ਕੇ ਜਿਹੜਾ ਕੁਛ ਨਾ ਕੁਛ ਇਲੈਕਸ਼ਨਾਂ 'ਚ ਲਾਹਾ ਲੈਣ ਵਾਸਤੇ ਜਾਂ ਇਲੈਕਸ਼ਨ ਦੇ ਵਿੱਚ ਉਹ ਇਸ ਨੂੰ ਮੁੱਦਾ ਬਣਾਉਣ ਵਾਸਤੇ ਇਹ ਸਾਰਾ ਕੁਛ ਕਰ ਰਹੀ ਹੈ।